ਅੱਜ ਮੋਗਾ ਦੇ ਫਰੀਡਮ ਫਾਈਟਰ ਭਵਨ ਵਿਖੇ ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਪੈਨਸ਼ਨਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਹਰਦਿਆਲ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿੱਚ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਹਰਦਿਆਲ ਸਿੰਘ ਚੀਮਾ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਪੰਜਾਬ ਸਰਕਾਰ ਵੱਲੋਂ ਮਤਰੇਈ ਮਾਮਲਾ ਵਿਵਹਾਰ ਕੀਤਾ ਜਾ ਰਿਹਾ ਹੈ। ਉਹਨਾਂ ਪੰਜਾਬ ਸਰਕਾਰ ਖਿਲਾਫ਼ ਰੋਸ ਵਿਅਕਤ ਕੀਤਾ। ਉਹਨਾਂ ਨਿਊਜ਼ ਟਾਈਮ ਪੰਜਾਬ ਦੀ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਪੈਨਸ਼ਨਰਾਂ ਨਾਲ ਸਰਕਾਰ ਵੱਲੋਂ ਕੀਤਾ ਜਾ ਰਿਹਾ ਵਿਵਹਾਰ ਨਾ ਕਾਬਿਲੇ ਬਰਦਾਸ਼ਤ ਹੈ। ਉਹਨਾਂ ਦੱਸਿਆ ਕਿ ਆਪਣੇ ਵਿਭਾਗ ਵਿੱਚ ਲੰਬੀਆਂ ਸੇਵਾਵਾਂ ਦੇਣ ਉਪਰੰਤ ਉਮਰ ਦਰਾਜ ਹੋ ਚੁੱਕੇ ਸੇਵਾ ਮੁਕਤ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਵੱਲੋਂ ਨਾ ਤਾਂ ਸਮੇਂ ਸਿਰ ਪੈਨਸ਼ਨਾਂ LTC ਅਤੇ ਨਾ ਹੋਰ ਤਰ੍ਹਾਂ ਦੇ ਭੱਤੇ ਜਾਰੀ ਕੀਤੇ ਜਾ ਰਹੇ ਹਨ। ਚੀਮਾ ਨੇ ਪੰਜਾਬ ਸਰਕਾਰ ਖਿਲਾਫ਼ ਸੰਘਰਸ਼ ਦੀ ਚੇਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਪੰਜਾਬ ਸਰਕਾਰ ਨੇ ਸਾਡੀਆਂ ਮੰਗਾਂ ਨੂੰ ਜਲਦੀ ਨਾ ਮੰਨਿਆ ਤਾਂ ਆਉਣ ਵਾਲੇ ਸਮੇਂ ਵਿੱਚ ਐਸੋਸੀਏਸ਼ਨ ਨੂੰ ਸੰਘਰਸ਼ ਦਾ ਰੁੱਖ ਅਪਣਾਉਣਾ ਪੈ ਸਕਦਾ ਹੈ। ਉਹਨਾਂ ਕਿਹਾ ਕਿ 75 ਤੋਂ 80 ਸਾਲ ਦੀ ਉਮਰ ਵਿੱਚ ਵੀ ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸੇਵਾ ਮੁਕਤ ਮੁਲਾਜ਼ਮ ਜਿਸ ਸਮੇਂ ਉਹਨਾਂ ਨੂੰ ਪੈਸੇ ਦੀ ਜ਼ਿਆਦਾ ਲੋੜ ਹੈ ਉਸ ਸਮੇਂ ਉਕਤ ਬਜ਼ੁਰਗ ਪੈਨਸ਼ਨ ਲੈਣ ਲਈ ਸਰਕਾਰੀ ਦਫ਼ਤਰਾਂ ਵਿੱਚ ਖੱਜਲ ਖੁਆਰ ਹੋ ਰਹੇ ਹਨ। ਨਿਊਜ਼ ਡੈਸਕ ਤੋਂ ਗੋਪਾਲ ਆਨੰਦ ਦੇ ਨਾਲ ਅਸ਼ੋਕ ਮੌਰੀਆ, ਨਿਊਜ਼ ਟਾਈਮ ਪੰਜਾਬ, ਮੋਗਾ। ਪੰਜਾਬ ਪੈਨਸ਼ਨਰ ਯੂਨੀਅਨ ਅਤੇ ਅੱਜ ਅਸੀਂ ਜ਼ਿਲ੍ਹਾ ਮੋਗਾ ਦੀ ਮੀਟਿੰਗ ਕੀਤੀ ਆ। ਇਹਦੇ ਵਿੱਚ ਸਾਡੇ ਪੰਜਾਬ ਦੇ ਨੁਮਾਇੰਦੇ ਹਾਜ਼ਰ ਹੋਏ ਨੇ, ਜਿਨ੍ਹਾਂ ਵਿੱਚ ਜਨਰਲ ਸੈਕਟਰੀ ਸਰਦਾਰ ਸਰਜਿੰਦਰ ਸਿੰਘ, ਵਾਈਸ ਪ੍ਰਧਾਨ ਸਰਦਾਰ ਜੋਗਿੰਦਰ ਸਿੰਘ ਡੇਰਾ ਬਾਬਾ ਨਾਨਕ ਅਤੇ ਹੁਸ਼ਿਆਰਪੁਰ ਤੋਂ ਸੁਰਜਿੰਦਰ ਸਿੰਘ ਜੀ ਅਤੇ ਜ਼ਿਲ੍ਹਾ ਮੋਗਾ ਤੋਂ ਨਾਇਬ ਸਿੰਘ ਪ੍ਰਧਾਨ ਅਤੇ ਹੋਰ ਮੇਰੇ ਸਾਰੇ ਮਿੱਤਰ ਬਹੁ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਨੇ। ਇਸ ਲਈ ਇਹ ਮੀਟਿੰਗ ਅਸੀਂ ਗਾਹੇ ਵਗਾਏ ਕਰਦੇ ਰਹਿੰਦੇ ਹਾਂ ਕਿ ਜੋ ਸਾਡੀਆਂ ਤਰੁੱਟੀਆਂ ਨੇ ਉਹਨਾਂ ਨੂੰ ਪੂਰਾ ਕਰਨ ਲਈ ਅਸੀਂ ਸਰਕਾਰ ਨੂੰ ਅਤੇ ਮਹਿਕਮੇ ਨੂੰ ਜਗਾਉਂਦੇ ਰਹਿੰਦੇ ਹਾਂ। ਹੁਣ ਜੋ ਇਸ ਵੇਲੇ ਲੋੜ ਆ, ਪੈਨਸ਼ਨ ਆ ਜਿਹੜੀ ਸਾਡੀ, ਉਹ ਬਹੁਤ ਲੇਟ ਆਉਂਦੀ ਆ, ਕਿਉਂਕਿ ਜਿਹੜੇ ਇਸ ਵੇਲੇ ਸਾਡੇ ਸਾਥੀ ਨੇ ਉਹ ਬੁਢਾਪਾ ਦੇ ਵਿੱਚ ਹਨ ਅਤੇ ਉਹਨਾਂ ਨੂੰ ਪੈਸੇ ਦੀ ਬੜੀ ਲੋੜ ਹੁੰਦੀ ਆ, ਕਿਉਂਕਿ ਉਹਨਾਂ ਦੀ ਉਮਰ ਤਕਰੀਬਨ 70-75 ਸਾਲ 80 ਸਾਲ ਤੱਕ ਹੈਗੀ, ਜਿਹੜਿਆਂ ਕੋਲ ਕਿਸੇ ਕਿਸਮ ਦਾ ਵੀ ਕੋਈ ਆਮਦਨ ਦਾ ਸਾਧਨ ਨਹੀਂ ਹੈ, ਉਹ ਸਿਰਫ ਇਕੱਲੀ ਪੈਨਸ਼ਨ 'ਤੇ ਡਿਪੈਂਡ ਕਰਦੇ ਨੇ। ਲੇਕਿਨ ਜੇਕਰ ਪੈਨਸ਼ਨ ਨਾ ਮਿਲੇ ਤਾਂ ਉਹ ਵਿਚਾਰੇ ਬਹੁਤ ਔਖਾ ਗੁਜ਼ਾਰਾ ਹੋ ਜਾਂਦਾ ਹੈ, ਕਿਉਂਕਿ ਅੱਜ ਕੱਲ੍ਹ ਦੇ ਮਹਿੰਗਾਈ ਦੇ ਵਿੱਚ ਜੇਕਰ ਇੱਕੋ ਪੈਨਸ਼ਨ ਦਾ ਸਹਾਰਾ ਸੀ ਉਹ ਵੀ ਨਾ ਮਿਲੇ ਤਾਂ ਬੰਦਾ ਮਜਬੂਰ ਹੋ ਜਾਂਦਾ ਹੈ ਅਤੇ ਲਾਚਾਰ ਹੋ ਜਾਂਦਾ ਹੈ। ਇਸ ਲਈ ਮੈਂ ਆਪਣੇ ਮਹਿਕਮੇ ਨੂੰ ਅਤੇ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦਾ ਹਾਂ ਕਿ ਜਿੰਨੇ ਵੀ ਮੁਲਾਜ਼ਮ ਨੇ, ਜਿੰਨੇ ਵੀ ਪੈਨਸ਼ਨਰ ਨੇ ਪੰਜਾਬ ਦੇ, ਉਹਨਾਂ ਸਾਰਿਆਂ ਨੂੰ ਪਹਿਲੇ ਹਫ਼ਤੇ ਜਿਹੜੀ ਪੈਨਸ਼ਨ ਪਾ ਦਿੱਤੀ ਜਾਇਆ ਕਰੇ ਤਾਂ ਕਿ ਉਹ ਆਪਣਾ ਗੁਜ਼ਾਰਾ ਜਿਹੜਾ ਉਹ ਆਪਣਾ ਚਲਾ ਸਕਣ। ਅਤੇ ਇਸ ਤਰ੍ਹਾਂ ਕਰਕੇ ਜੋ ਵੀ ਹੋਰ ਮੰਗਾਂ ਨੇ ਸਾਡੀਆਂ, LTC ਵਗੈਰਾ ਅਤੇ ਮੈਡੀਕਲ ਅਲਾਊਂਸ, ਉਹ ਸਾਨੂੰ ਨਹੀਂ ਮਿਲ ਰਿਹਾ, ਕਿਰਪਾ ਕਰਕੇ ਸਾਨੂੰ ਉਹ ਵੀ ਦਿੱਤਾ ਜਾਵੇ, ਕਿਉਂਕਿ ਬਾਕੀ ਵੀ ਸਾਰੇ ਮੁਲਾਜ਼ਮਾਂ ਨੂੰ ਮਿਲਦਾ ਹੈ। ਸਾਡੇ ਨਾਲ ਇਹ ਮਤਰੇਈ ਮਾਂ ਵਾਲਾ ਸਲੂਕ ਕਿਉਂ ਕੀਤਾ ਜਾਂਦਾ ਹੈ? ਇਸ ਲਈ
ਬੇਨਤੀ ਕਰਦੇ ਹਾਂ ਪੰਜਾਬ ਸਰਕਾਰ ਨੂੰ ਕਿ ਸਾਨੂੰ ਵੀ ਉਹਨਾਂ ਦੇ ਨਾਲ ਲਾਇਆ ਜਾਵੇ ਅਤੇ ਸਾਨੂੰ ਮੈਡੀਕਲ ਐਲ ਟੀ ਸੀ ਅਤੇ ਹੋਰ ਵੀ ਜਿਹੜੇ ਸਾਡੇ ਕੋਈ ਪੱਤੇ ਰਹਿੰਦੇ ਨੇ ਉਹ ਸਾਨੂੰ ਦਿੱਤੇ ਜਾਣ। ਮੈਂ ਇੰਨਾ ਕੁਛ ਕਹਿੰਦਾ ਹੋਇਆ ਧੰਨਵਾਦੀ ਹਾਂ। ਤੁਸੀਂ ਸੰਬੋਧਨ ਦੇ ਵਿੱਚ ਕੋਈ ਸੁਪਰੀਮ ਕੋਰਟ ਦਾ ਜ਼ਿਕਰ ਕੀਤਾ ਸੀ, ਕੀ ਤੁਹਾਨੂੰ ਕੋਰਟ ਵੱਲੋਂ ਵੀ ਕੋਈ ਏਦਾਂ ਦੇ ਕੋਈ ਭਰੋਸਾ ਦਵਾਇਆ ਗਿਆ? ਉਹ ਪਹਿਲਾਂ ਘੱਟ ਸਮੇਂ ਦੀ ਦਿੱਤੀ ਜਾਂਦੀ ਸੀ, ਜਦਕਿ ਸਮਾਂ ਪੈਨਸ਼ਨ ਨੌਕਰੀ ਕਰਨ ਦਾ ਜ਼ਿਆਦਾ ਹੁੰਦਾ ਸੀ। ਲੇਕਿਨ ਸਾਡੇ ਪੰਜ ਰਿਟਾਂ ਹਾਈ ਕੋਰਟ ਨੇ ਸਾਡੇ ਹੱਕ ਦੇ ਵਿੱਚ ਕਰ ਦਿੱਤੀਆਂ ਹਨ ਕਿ ਇਹਨਾਂ ਨੂੰ ਜਿਸ ਦਿਨ ਤੋਂ ਡੇਟ ਆਫ ਜੁਆਇਨਿੰਗ ਤੋਂ ਹੀ ਇਹਨਾਂ ਨੂੰ ਪੈਨਸ਼ਨ ਜਿਹੜੀ ਦਿੱਤੀ ਜਾਵੇ। ਇਸ ਲਈ ਸੁਪਰੀਮ ਕੋਰਟ ਨੇ ਵੀ ਜਿਹੜੇ ਸਾਡੇ ਤੋਂ ਪਹਿਲਾਂ ਵਿਚਾਰਿਆਂ ਨੂੰ ਪੈਨਸ਼ਨ ਨਹੀਂ ਮਿਲੀ ਸੀ ਉਹ ਇਸ ਦੇ ਵਿੱਚ ਸ਼ਾਮਿਲ ਨਹੀਂ ਹੋਈ ਸੀ, ਅਤੇ ਉਹਨਾਂ ਨੂੰ ਵੀ ਸੁਪਰੀਮ ਕੋਰਟ ਨੇ ਫੈਸਲਾ ਕਰਤਿਆ ਕਿ ਵੀ ਉਹਨਾਂ ਨੂੰ ਵੀ ਪੈਨਸ਼ਨ ਦਿੱਤੀ ਜਾਵੇ ਅਤੇ ਉਹਨਾਂ ਨੂੰ ਵੀ ਤਕਰੀਬਨ ਪੈਨਸ਼ਨ ਮਿਲਣ ਲਈ ਸ਼ੁਰੂ ਹੋ ਗਈ ਆ। ਅਸੀਂ ਇਸ ਕਰਕੇ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਅਤੇ ਮਾਨਯੋਗ ਹਾਈ ਕੋਰਟ ਦਾ ਬਹੁਤ ਬਹੁਤ ਧੰਨਵਾਦੀ ਹਾਂ।